ਜਿਹਨੂੰ ਸਿੱਖ ਸਾਈਕਲ ਚੋਰ ਕਹਿੰਦੇ, ਮਨਿੰਦਰਜੀਤ ਸਿੰਘ ਬੇਟਾ, ਅੱਜ ਉਹ ਭਾਈ ਰਣਜੀਤ ਸਿੰਘ ਦੀ ਸਪੋਰਟ ਕਰ ਰਿਹਾ। ਜਿਹਨੂੰ ਸਿੱਖ ਨੌਜਵਾਨਾਂ ਦਾ, ਸਿੱਖਾਂ ਦਾ ਕਾਤਲ ਮੰਨਿਆ ਜਾਂਦਾ ਬੇਅੰਤ ਸਿੰਘ ਮੁੱਖ ਮੰਤਰੀ, ਅੱਜ ਉਹਦਾ ਪੋਤਾ ਰਵਨੀਤ ਸਿੰਘ ਬਿੱਟੂ ਉਹ ਭਾਈ ਰਣਜੀਤ ਸਿੰਘ ਦੀ ਤਰਫਦਾਰੀ ਕਰ ਰਿਹਾ। ਜਿਹੜਾ ਹਮੇਸ਼ਾ ਸਿੱਖਾਂ ਨੂੰ ਗਾਲਾਂ ਕੱਢਦਾ ਰਹਿੰਦਾ, ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹ ਵੱਸਦਾ ਜਿਹੜਾ ਸੂਰੀ, ਉਹ ਭਾਈ ਰਣਜੀਤ ਸਿੰਘ ਦੀ ਸਪੋਰਟ ਕਰ ਰਿਹਾ। ਜਦੋਂ ਦੋ ਸ਼ਹੀਦ ਹੋ ਗਏ ਨੇਕਾਂ ਜ਼ਖਮੀ, ਤਾਂ ਮੁੜ ਕੇ ਮੂੰਹ ਨਹੀਂ ਕੀਤਾ ਬਰਗਾੜੀ ਤੇ ਕੋਟਕਪੂਰੇ ਵੱਲ ਨੂੰ, ਨਾ ਭਾਈ ਪੰਥਪ੍ਰੀਤ ਸਿੰਘ ਨੇ ਤੇ ਨਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ। ਸਰਕਾਰ ਨੂੰ ਸਿਕਿਉਰਿਟੀ ਦੇ ਕੇ ਉਹਨੂੰ ਸ਼ਹਿ ਦੇਣੀ ਜਿਹੜੀ ਆ, ਇਹ ਬਹੁਤ ਮੰਦਭਾਗੀ ਆ। ਸਰਕਾਰ ਨੂੰ ਚਾਹੀਦਾ ਕਿ ਉਹ ਕੋਈ ਵੀ ਪ੍ਰੋਗਰਾਮ ਕਰਾਉਣ ਤੋਂ ਪਹਿਲਾਂ ਗੱਲਬਾਤ ਕਰਾਵੇ। ਜੇਕਰ ਬੰਦਾ ਆਕੀ ਆ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਹੀਂ ਜਾਣਾ ਚਾਹੁੰਦਾ, ਉਹ ਭਾਈ ਅਮਰੀਕ ਸਿੰਘ ਜਨਾਲਾ ਨਾਲ ਗੱਲ ਨਹੀਂ ਕਰਨਾ, ਉਹ ਕਹਿੰਦਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਜਥੇਦਾਰ ਨਹੀਂ ਮੰਨਦਾ, ਤਾਂ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ, ਉਹਨਾਂ ਕੋਲ ਆਪਣੀ ਗੱਲਬਾਤ ਕਰ ਲਵੇ, ਉਹਨਾਂ ਦੇ ਨਾਲ ਜਿਹੜੀ ਹੈਗੀ ਆ ਗੱਲਬਾਤ ਇਹਨਾਂ ਮੁੱਦਿਆਂ ਦੇ ਉੱਤੇ। ਕਿਉਂਕਿ ਜਿਹੜੀ ਗੱਲ ਭਾਈ ਰਣਜੀਤ ਸਿੰਘ ਕਹਿ ਰਿਹਾ, ਉਹਦੇ ਨਾਲ ਜੇ ਗਿਆਨੀ ਹਰਪ੍ਰੀਤ ਸਿੰਘ ਸਹਿਮਤ ਨਹੀਂ, ਦਮਦਮੀ ਟਕਸਾਲ ਸਹਿਮਤ ਨਹੀਂ, ਸਿੱਖ ਜਥੇਬੰਦੀਆਂ ਸਹਿਮਤ ਨਹੀਂ, ਉਹਦੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਵੀ ਸਹਿਮਤ ਨਹੀਂ ਹੋਣਗੇ। ਜਿਹੜੀਆਂ ਗੱਲਾਂ ਅੱਜ ਜਿਹੜੀਆਂ ਭਾਈ ਰਣਜੀਤ ਸਿੰਘ ਵੱਲੋਂ ਕੀਤੀਆਂ ਜਾ ਰਹੀਆਂ, ਜਿਹੜੇ ਬੰਦੇ ਅਕਾਲ ਤਖ਼ਤ ਸਾਹਿਬ ਦੀ ਆਨ ਸ਼ਾਨ ਮਾਣ ਮਰਿਆਦਾ ਲਈ ਜਿਹੜੇ ਜੂਝੇ ਆ ਤੇ ਅੱਜ ਜੇਲ੍ਹਾਂ ਚ ਨਜ਼ਰ ਬੰਦ, ਉਹ ਭਾਈ ਰਣਜੀਤ ਸਿੰਘ ਦੀਆਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਹੋਣਗੇ। ਤੁਸੀਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ ਨੇ ਬਣਾਇਆ, ਉਹਨਾਂ ਦੇ ਨਾਲ ਗੱਲ ਕਰ ਲਵੋ, ਉਹਨਾਂ ਅੱਗੇ ਆਪਣਾ ਜਿਹੜਾ ਮਸਲਾ ਵਾ ਰੱਖ ਦਿਓ। ਪਰ ਮੈਂ ਸਮਝਦਾ ਕਿ ਜਿਹੜੀ ਸਿੱਖ ਵਿਰੋਧੀ ਤਾਕਤਾਂ ਸਿੱਖੀ ਦਾ, ਪੰਜਾਬ ਦਾ ਨੁਕਸਾਨ ਕਰਾਉਣ ਤੇ ਤੁਲੀਆਂ ਹੋਈਆਂ, ਉਹ ਭਾਈ ਰਣਜੀਤ ਸਿੰਘ ਨੂੰ ਗੱਲਬਾਤ ਲਈ ਬੈਠਣ ਵਾਸਤੇ ਕਤਈ ਤਿਆਰ ਨਹੀਂ ਹੋਣ ਦੇਣਗੀਆਂ। ਭਾਈ ਰਣਜੀਤ ਸਿੰਘ ਉਹਨਾਂ ਦੇ ਹੱਥੇ ਚੜ ਕੇ ਜਿਹੜਾ ਹੈ ਉਹ ਪੰਥ ਦਾ ਵੀ ਨੁਕਸਾਨ ਕਰਾਉਣਗੇ, ਆਪਣਾ ਵੀ ਨੁਕਸਾਨ ਕਰਾ ਰਹੇ ਆ। ਪਹਿਲਾਂ ਵੀ ਇੱਕ ਉਹਨਾਂ ਦੇ ਸਾਥੀ ਦੀ ਜਾਨ ਗਈ ਹੈ। ਮੈਂ ਭਾਈ ਰਣਜੀਤ ਸਿੰਘ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਸ ਵੇਲੇ ਉਹਨਾਂ ਤੇ ਹਮਲਾ ਹੋਇਆ ਸੀ, ਸਭ ਤੋਂ ਪਹਿਲਾਂ ਭਾਈ ਅਮਰੀਕ ਸਿੰਘ ਦੇ ਨਾਲ ਤੇ ਅਸੀਂ ਉਹਨਾਂ ਦੇ ਹਸਪੀਟਲ ਪਤਾ ਲੈਣ ਵਾਸਤੇ ਪਹੁੰਚੇ ਸੀਗੇ। ਸਾਡਾ ਕੋਈ ਤੁਹਾਡੇ ਨਾਲ ਕੋਈ ਜਾਤੀ ਵਿਰੋਧ ਨਹੀਂ ਹੈ। ਭਾਈ ਰਣਜੀਤ ਸਿੰਘ ਨੂੰ ਸਮਝਣਾ ਚਾਹੀਦਾ ਕਿ ਬਾਬੇ ਹਰਨਾਮ ਸਿੰਘ ਨਾਲ ਵੀ ਉਹਨਾਂ ਦਾ ਕੋਈ ਜਾਤੀ ਵਿਰੋਧ ਨਹੀਂ ਸੀ। ਜਦੋਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਦਸਤਾਰ ਤੇ ਬੋਲਿਆ ਕਿ ਦਸਤਾਰ ਲੀਰੋ ਲੀਰ ਕਰ ਦਿੱਤੀ ਆ, ਤਾਂ ਉਸ ਵੇਲੇ ਬਾਬਾ ਹਰਨਾਮ ਸਿੰਘ ਭਾਈ ਰਣਜੀਤ ਸਿੰਘ ਦੇ ਉੱਤੇ ਬੋਲੇ ਸੀਗੇ। ਫਿਰ ਭਾਈ ਰਣਜੀਤ ਸਿੰਘ ਨੇ ਕੋਈ ਕਸਰ ਨਹੀਂ ਛੱਡੀ, ਬਾਗੜ ਬਿੱਲਾ ਗਿਆ, ਬਹੁਤ ਕੁਝ ਕਿਹਾ, ਟਕਰਾਅ ਵੱਧ ਗਿਆ, ਇੱਕ ਬੰਦੇ ਦੀ ਜਾਨ ਚਲੇ ਗਈ। ਮੈਂ ਕਹਿਣਾ ਚਾਹੁੰਦਾ ਕਿ ਜੇ ਭਾਈ ਰਣਜੀਤ ਸਿੰਘ ਦਾ ਵਿਰੋਧ ਬਾਬੇ ਹਰਨਾਮ ਸਿੰਘ ਨਾਲ ਆ, ਉਹਨਾਂ ਨੂੰ ਆਪਣਾ ਨਿੱਜੀ ਵਿਰੋਧ ਦਮਦਮੀ ਟਕਸਾਲ ਦੇ ਨਾਲ ਵਿਰੋਧ ਪੈਦਾ ਨਹੀਂ ਕਰਨਾ ਚਾਹੀਦਾ। ਦਮਦਮੀ ਟਕਸਾਲ ਗੁਰੂ ਦੀ ਵਰਸਾਈ ਟਕਸਾਲ ਆ, ਬੜੀ ਵਿਸ਼ਾਲ ਆ, ਦੁਨੀਆਂ ਭਰ ਚ ਦਮਦਮੀ ਟਕਸਾਲ ਦੇ ਵਿਦਿਆਰਥੀ ਵਿਚਰਦੇ ਆ। ਹਰਨਾਮ ਸਿੰਘ ਦੇ ਨਾਲ ਭਾਈ ਰਣਜੀਤ ਸਿੰਘ ਦਾ ਵਿਰੋਧ ਆ, ਤਾਂ ਉਹਦਾ ਵਿਰੋਧ ਦਮਦਮੀ ਟਕਸਾਲ ਨਾਲ ਨਹੀਂ ਹੋਣਾ ਚਾਹੀਦਾ। ਅੱਜ ਉਹ ਬਾਬਾ ਗੁਰਭਜਨ ਸਿੰਘ ਖਾਲਸਾ ਭਿੰਡਰਾਂ ਵਾਲੇ, ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ, ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ, ਜਿਨ੍ਹਾਂ ਦੀਆਂ ਕਮਾਈਆਂ, ਬਾਬਾ ਠਾਕੁਰ ਸਿੰਘ ਜੀ, ਉਹਨਾਂ ਦੇ ਉੱਤੇ ਟੀਕਾ ਟਿੱਪਣੀ ਕਰਨ ਲੱਗ ਗਿਆ ਕਿ ਤੁਹਾਡੇ ਬ੍ਰਹਮ ਗਿਆਨੀਆਂ ਨੇ। ਬ੍ਰਹਮ ਗਿਆਨੀ ਕਿਸੇ ਦੇ ਨਹੀਂ ਹੁੰਦੇ। ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ ਇਕੱਲੇ ਨਾਨਕਸਰ ਵਾਲਿਆਂ ਦੇ ਨਹੀਂ ਹੈ, ਬਾਬਾ ਈਸ਼ਰ ਸਿੰਘ ਰਾੜੇ ਵਾਲੇ ਇਕੱਲੇ ਰਾੜੇ ਵਾਲਿਆਂ ਦੇ ਨਹੀਂ ਹੈ। ਇਸੇ ਤਰ੍ਹਾਂ ਬਾਬਾ ਗੁਰਬਚਨ ਸਿੰਘ ਜੀ ਜਾਂ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ, ਉਹ ਇਕੱਲੇ ਟਕਸਾਲ ਦੇ ਨਹੀਂ ਆ, ਉਹ ਸਾਰੀ ਕੌਮ ਦੇ ਆ, ਪੰਥ ਦੇ ਆ, ਸਿੱਖਾਂ ਦੇ ਆ, ਜਿਨ੍ਹਾਂ ਗੁਰੂ ਦੀ ਗੱਲ ਕੀਤੀ, ਗੁਰਮਤ ਦਾ ਪ੍ਰਚਾਰ ਕੀਤਾ। ਬਾਬੇ ਹਰਨਾਮ ਸਿੰਘ ਨਾਲ ਜੇ ਲੜਾਈ ਪੈਦਾ ਹੋਈ ਤਾਂ ਉਹਨੂੰ ਦਮਦਮੀ ਟਕਸਾਲ ਦੇ ਨਾਲ ਨਹੀਂ ਲੜਾਈ ਬਣਾਉਣੀ ਚਾਹੀਦੀ, ਫਿਰ ਉਹਨਾਂ ਮਹਾਂਪੁਰਸ਼ਾਂ ਨਾਲ, ਜਾਂ ਹੁਣ ਤਾਂ ਸਿੱਧਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਹੀ ਮੱਥਾ ਲਾ ਲਿਆ, ਪੰਥ ਦੇ ਨਾਲ ਹੀ ਮੱਥਾ ਲਾ ਲਿਆ, ਪੰਥਕ ਸਿਧਾਂਤਾਂ ਦੇ ਨਾਲ ਮੱਥਾ ਲਾ ਲਿਆ। ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਵੀ ਮਾਨਤਾ ਨਹੀਂ ਦਿੰਦੇ, ਪਰ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਗੁਰਮਤ ਦੀ ਗੱਲ ਆ, ਉੱਥੇ ਸਾਡੇ ਬਹੁਤ ਜਿਹੜੇ ਕੋਈ ਨਿੱਜੀ ਵਖਰੇਵੇਂ ਹੁੰਦੇ ਉਹ ਛੋਟੇ ਰਹਿ ਜਾਂਦੇ ਆ, ਜਾਂ ਕੋਈ ਇਹੋ ਜਿਹੀਆਂ ਗੱਲਾਂ
ਗੁਰਮਤ ਦੀ ਗੱਲ ਜਿੱਥੇ ਪੰਥ ਦੇ ਭਲੇ ਦੀ ਗੱਲ ਆ ਉੱਥੇ ਸਾਰੇ ਇੱਕ ਦੂਜੇ ਦੀ ਅਸੀਂ ਜਿਹੜੀ ਹੈਗਾ ਸਾਨੂੰ ਸਭ ਨੂੰ ਪ੍ਰੋੜਤਾ ਕਰਨੀ ਚਾਹੀਦੀ ਹੈ। ਜਿਹੜੀ ਸਹੀ ਗੱਲ ਹੈ ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣਾ ਚਾਹੀਦਾ। ਜਿਹੜੀ ਭਾਈ ਰਣਜੀਤ ਸਿੰਘ ਹੁਣੀ ਗੱਲ ਕਰ ਰਹੇ, ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਭਾਈ ਰਣਜੀਤ ਸਿੰਘ ਨੂੰ ਇੱਥੋਂ ਹੀ ਇਹ ਪਛਾਣ ਲੈਣਾ ਚਾਹੀਦਾ, ਸਮਝ ਲੈਣਾ ਚਾਹੀਦਾ ਕਿ ਅੱਜ ਭਾਈ ਰਣਜੀਤ ਸਿੰਘ ਦੀ ਸਪੋਰਟ ਕੌਣ ਕਰ ਰਹੇ ਆ। ਜਿਹਨੂੰ ਸਿੱਖ ਸਾਈਕਲ ਚੋਰ ਕਹਿੰਦੇ ਮਨਿੰਦਰਜੀਤ ਸਿੰਘ ਬਿੱਟਾ, ਅੱਜ ਉਹ ਭਾਈ ਰਣਜੀਤ ਸਿੰਘ ਦੀ ਸਪੋਰਟ ਕਰ ਰਿਹਾ। ਜਿਹਨੂੰ ਸਿੱਖ ਨੌਜਵਾਨਾਂ ਦਾ, ਸਿੱਖਾਂ ਦਾ ਕਾਤਲ ਮੰਨਿਆ ਜਾਂਦਾ ਬੇਅੰਤ ਸਿੰਘ ਮੁੱਖ ਮੰਤਰੀ, ਅੱਜ ਉਹਦਾ ਪੋਤਾ ਰਵਨੀਤ ਸਿੰਘ ਬਿੱਟੂ ਉਹ ਭਾਈ ਰਣਜੀਤ ਸਿੰਘ ਦੀ ਤਰਫਦਾਰੀ ਕਰ ਰਿਹਾ। ਜਿਹੜਾ ਹਮੇਸ਼ਾ ਸਿੱਖਾਂ ਨੂੰ ਗਾਲਾਂ ਕੱਢਦਾ ਰਹਿੰਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ, ਉਹ ਵਸਦਾ ਜਿਹੜਾ ਸੂਰੀ, ਉਹ ਭਾਈ ਰਣਜੀਤ ਸਿੰਘ ਦੀ ਸਪੋਰਟ ਕਰ ਰਿਹਾ। ਤੇ ਭਾਈ ਰਣਜੀਤ ਸਿੰਘ ਨੂੰ ਸਮਝ ਲੈਣਾ ਚਾਹੀਦਾ ਕਿ ਉਹਨਾਂ ਦਾ ਪ੍ਰਚਾਰ, ਜਿਹੜੇ ਸਿੱਖ ਵਿਰੋਧੀ ਲੋਕ ਆ, ਸਿੱਖ ਵਿਚਾਰਧਾਰਾ ਦੇ ਵਿਰੋਧੀ, ਉਹਨਾਂ ਨੂੰ ਰਾਸ ਆ ਰਿਹਾ, ਉਹਨਾਂ ਨੂੰ ਉਹ ਪ੍ਰਚਾਰ ਸੂਟ ਕਰ ਰਿਹਾ। ਤੇ ਉਹਨਾਂ ਨੂੰ ਇਹ ਵੇਖਣਾ ਚਾਹੀਦਾ ਕਿ ਵਾਕਈ ਉਹਨਾਂ ਦਾ ਪ੍ਰਚਾਰ ਸਿੱਖੀ ਦੇ ਅੰਗੇਸ਼ਟ ਜਾ ਰਿਹਾ, ਗਲਤ ਜਾ ਰਿਹਾ। ਕਈ ਉਹਦੇ ਪੈਰੋਕਾਰ ਗਲਤ ਕਮੈਂਟ ਕਰਦੇ ਆ, ਉਹਨਾਂ ਮੈਂ ਸਮਝਦਾ ਵਿਚਾਰਿਆਂ ਨੂੰ ਸੂਝ ਨਹੀਂ ਜਿਹੜੇ ਏਦਾਂ ਦੀਆਂ ਗੱਲਾਂ ਕਰਦੇ ਆ। ਤੇ ਭਾਈ ਰਣਜੀਤ ਸਿੰਘ ਵੀ ਉਹ ਕਈ ਕਹਿੰਦੇ ਕਿ ਉਹਦਾ ਇਕੱਠ ਦੇਖੋ ਜੀ ਤੁਸੀਂ, ਇਕੱਠ ਇਕੱਠ ਤਾਂ ਸਰਸੇ ਵਾਲੇ ਦੇ ਬਹੁਤ ਵੱਡੇ, ਰਣਜੀਤ ਸਿੰਘ ਦੇ ਤਾਂ ਅੱਧੇ ਰਹਿ ਜਾਣਗੇ ਉਹਦੇ ਇਕੱਠ ਦੇ ਸਾਹਮਣੇ। ਇਕੱਠ ਤਾਂ ਆਸਾ ਰਾਮ ਦੇ ਬਹੁਤ ਵੱਡੇ ਹੁੰਦੇ ਸੀਗੇ, ਅੱਜ ਵੀ ਉਹਦੀਆਂ ਪੁਰਾਣੀਆਂ ਵੀਡੀਓ ਜਿਹੜੀਆਂ ਤੁਸੀਂ ਖੋਲ ਕੇ ਯੂਟਿਊਬ ਤੋਂ ਦੇਖ ਲਓ, ਇਕੱਠ ਤਾਂ ਰਾਮਪਾਲ ਦੇ ਬਹੁਤ ਵੱਡੇ ਹੁੰਦੇ ਸੀ। ਜੇ ਕਹੋ ਵੀ ਵੱਖਰੀ ਗੱਲ ਕਰਦੇ, ਉਹ ਵੱਖਰੀ ਗੱਲ ਕਰਦੇ ਜੀ ਆਪਣੇ ਤਰੀਕੇ ਨਾਲ, ਆਪਣੇ ਤਰੀਕੇ ਨੂੰ ਇੱਥੇ ਕੋਈ ਮਾਨਤਾ ਨਹੀਂ ਹੈ। ਤੁਹਾਡੇ ਇਤਿਹਾਸ ਦਾ ਕੋਈ ਸੋਚ ਦਾ ਸਰੂਤ ਹੋਣਾ ਚਾਹੀਦਾ। ਅੱਜ ਤੁਸੀਂ ਕਹਿੰਦੇ ਆ ਉਹਨਾਂ ਨੇ ਅੱਖ ਦੇ ਵਿੱਚ ਜਿਹੜੀ ਸੀਗੀ ਉਹ ਨਾਗਣੀ ਮਾਰੀ ਸੀਗੀ, ਉਹ ਮੱਥੇ ਚ ਨਹੀਂ ਸੀ ਮਾਰੀ। ਕੋਈ ਸਿੱਖ ਕੱਲ ਨੂੰ ਕੁਛ ਕਹਿ ਸਕਦਾ ਤੇ ਉਹਦਾ ਸਰੋਤ ਕੀ ਹੈ, ਤੁਹਾਡਾ ਸਰੋਤ ਕੀ, ਤੁਹਾਡੇ ਜਿਹੜੇ ਜਾਣਕਾਰੀ ਖੋਜ ਆ ਉਹਦਾ ਸਰੋਤ ਕੀ ਹੈ, ਕਿ ਜਾਂ ਤੁਹਾਨੂੰ ਕੋਈ ਬ੍ਰਹਮ ਗਿਆਨ ਹੋ ਰਿਹਾ। ਸੰਗਤ ਨੂੰ ਦੱਸੋ ਵੀ ਆਹ ਗੱਲ ਇਸ ਤਰ੍ਹਾਂ ਵਾ, ਹਰੇਕ ਗੱਲ ਨੂੰ ਇਸ ਗੱਲ ਦੇ ਉੱਤੇ ਢੋਲ ਕਹਿਣਾ ਜੀ ਇਹ ਲੌਜਿਕ ਨਹੀਂ ਬਣਦਾ ਜੀ, ਇਸ ਤਰ੍ਹਾਂ ਨਹੀਂ ਬਣਦਾ। ਰੂਹਾਨੀਅਤ ਦੀਆਂ ਗੱਲਾਂ, ਖੁਦਾ ਦੀ ਖੁਦਾਈ ਦੀਆਂ ਗੱਲਾਂ ਹਰੇਕ ਲੌਜਿਕ ਦੇ ਨਾਲ ਨਹੀਂ ਹੈ। ਜਿੱਦਣ ਤੁਸੀਂ ਖੁਦਾ ਦੀ ਖੁਦਾਈ ਨੂੰ ਸਮਝ ਲਿਆ, ਉਸ ਦਿਨ ਤਾਂ ਖੁਦਾ ਦੀ ਖੁਦਾਈ ਦਾ ਅੰਤ ਹੋ ਜਾਊਗਾ। ਖੁਦਾ ਦੀ ਖੁਦਾਈ ਇਸ ਗੱਲ ਵਿੱਚ ਆ ਕਿ ਇਹੋ ਅੰਤ ਨਾ ਜਾਣਾ ਕੋਈ, ਬਹੁਤਾ ਕਹੀਏ ਬਹੁਤਾ ਏ, ਨੇਤ ਨੇਤ ਕਥੰਤ ਬੇਦਾ। ਇਸ ਕਰਕੇ ਭਾਈ ਰਣਜੀਤ ਸਿੰਘ ਨੂੰ ਇਹ ਸਮਝਣਾ ਚਾਹੀਦਾ ਕਿ ਜਿਹੜੇ ਸਿੱਖ ਵਿਰੋਧੀ ਲੋਕ ਆ, ਸਿੱਖ ਮਾਨਸਿਕਤਾ ਦੇ ਵਿਰੋਧੀ ਜਿਨ੍ਹਾਂ ਦੀ ਮਾਨਸਿਕਤਾ ਵਾ, ਉਹ ਅੱਜ ਭਾਈ ਰਣਜੀਤ ਸਿੰਘ ਦੀ ਸਪੋਰਟ ਤੇ ਖੜ ਰਹੇ ਆ। ਕਿਉਂ ਖੜ ਰਹੇ ਆ? ਕਿਉਂਕਿ ਉਹਨਾਂ ਨੂੰ ਰਾਸ ਆ ਰਿਹਾ ਭਾਈ ਰਣਜੀਤ ਸਿੰਘ ਦਾ ਪ੍ਰਚਾਰ। ਤੇ ਭਾਈ ਰਣਜੀਤ ਸਿੰਘ ਦੇ ਪਹਿਲਾਂ ਤਾਂ ਉਹਨਾਂ ਨੇ ਬਾਬੇ ਹਰਨਾਮ ਸਿੰਘ ਨਾਲ ਲੜਾਈ ਵਿੱਢੀ, ਮੁੜ ਕੇ ਸਾਰੀ ਦਮਦਮੀ ਟਕਸਾਲ ਨਾਲ ਵਿੱਢ ਲਈ, ਹੁਣ ਪੂਰੇ ਪੰਥ ਦੇ ਨਾਲ ਵਿੱਢ ਲਈ ਹੈ। ਸ੍ਰੀ ਅਕਾਲ ਤਖਤ ਸਾਹਿਬ ਮਹਾਨ ਆ, ਸ੍ਰੀ ਦਰਬਾਰ ਸਾਹਿਬ ਮਹਾਨ ਆ, ਉਹ ਕੱਲੀਆਂ ਇਮਾਰਤਾਂ ਨਹੀਂ ਹੈ। ਜੇ ਉਹ ਕੱਲੀਆਂ ਆਮ ਇਮਾਰਤਾਂ ਹੁੰਦੀਆਂ ਤੇ ਜਿਹੜੇ ਕੱਲ ਮੁਸਲਮਾਨ ਵੀਰ ਅਸੀਂ ਇਹ ਬਿੱਲ ਦੇ ਉੱਤੇ ਆਪਣੀ ਮੰਗ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਗਏ ਆ, ਉਹ ਮੰਗ ਪਰਮੇਸ਼ਰ ਦੁਆਰ ਕਿਉਂ ਨਾ ਲੈ ਕੇ ਆ ਗਏ? ਉਹ ਆਪਣਾ ਮੈਮੋਰੈਂਡਮ ਜਿਹੜਾ ਸੀਗਾ ਮੰਗ ਹਮਦਰਦੀ ਵਾਸਤੇ, ਮਦਦ ਵਾਸਤੇ, ਉਹ ਪਰਮੇਸ਼ਰ ਦੁਆਰ ਜਾਂ ਕਿਸੇ ਹੋਰ ਥਾਂ ਤੇ ਕਿਉਂ ਨਾ ਆ ਗਏ ਕਿਸੇ ਮਦਦ ਲੈਣ ਵਾਸਤੇ? ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਰਹੀ ਹੈ। ਵੱਖਰੀ ਗੱਲ ਆ ਕਿ ਕਦੇ ਉੱਥੇ ਫੈਸਲੇ ਗਲਤ, ਜਿਹੜਾ ਜਿੱਦਾਂ ਸੌਦਾ ਸਾਧ ਨੂੰ ਮਾਫ ਕੀਤਾ, ਆਪਾਂ ਸਭ ਨੇ ਵਿਰੋਧ ਕੀਤਾ ਉਹਦਾ। ਇਸ ਕਾਰਨ ਕਰਕੇ ਭਾਈ ਰਣਜੀਤ ਸਿੰਘ ਨੂੰ ਸਮਝਣਾ ਚਾਹੀਦਾ। ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਜਿਹੜੇ ਭਾਈ ਰਣਜੀਤ ਸਿੰਘ ਦੇ ਪੈਰੋਕਾਰ ਕਈ ਕਹਿੰਦੇ ਆ ਜੀ ਬਰਗਾੜੀ ਦੇ ਆ ਗਏ ਜੀ, ਇਹ ਜਥੇਦਾਰਾਂ ਬਰਗਾੜੀ ਮੋਰਚਾ ਛੱਡਦਾ ਜੀ, ਮੈਂ ਕਹਿਣਾ ਚਾਹੁੰਦਾ ਅਸੀਂ ਬਰਗਾੜੀ ਦਾ ਕੁਝ ਇਨਸਾਫ ਦਵਾਇਆ। ਬਰਗਾੜੀ ਜਿਹੜਾ ਕਾਂਡ ਸੀਗਾ ਉਹਦਾ ਬਾਅਦ ਚ ਜਿਹੜੇ ਸ਼ਹੀਦ ਹੋਏ ਕਿਹਨਾਂ ਨੇ ਕਰਾਏ ਸੀ, ਕੌਣ ਅਗਵਾਈ ਕਰ ਰਿਹਾ ਸੀ? ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਭਾਈ ਪੰਥਪ੍ਰੀਤ ਸਿੰਘ ਕੋਟਕਪੂਰੇ। ਤੇ ਜਦੋਂ ਦੋ ਸ਼ਹੀਦ ਹੋ ਗਏ ਨੇਕਾਂ ਜ਼ਖਮੀ, ਤੇ ਮੁੜ ਕੇ ਮੂੰਹ ਨਹੀਂ ਕੀਤਾ ਬਰਗਾੜੀ ਤੇ ਕੋਟਕਪੂਰੇ ਵੱਲ ਨੂੰ, ਨਾ ਭਾਈ ਪੰਥਪ੍ਰੀਤ ਸਿੰਘ ਨੇ ਤੇ ਨਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ।